ਕਾਦੀ ਗੱਲ ਯਾਰ ਇਸ ਵਾਰ ਨਾ ਬਿਜ਼ਨਸ 'ਚ ਬਹੁਤ ਲਾਸ ਹੋ ਗਿਆ ਬਾਈ ਮੈਂ ਆਪ ਇੰਜੀਨੀਅਰ ਲੈ ਕੇ ਫਸ ਹੀ ਗਿਆ ਯਾਰ ਜਦੋਂ ਨਿੱਕੇ ਹੁੰਦੇ ਸੀ ਨਾ ਟਾਈਮ ਬੜਾ ਹੀ ਚੰਗਾ ਹੁੰਦਾ ਸੀ ਬਾਈ ਅਨਮੋਲ ਸਲੋਲ ਤਾਂ ਤੂੰ ਬਹੁਤ ਸੁਣਾਲੀ ਇੱਥੇ ਕੁਛ ਸੁਣਾ ਤੈਨੂੰ ਤਾਂ ਮੰਨਾ ਲਿਆ ਫਿਰ ਫੜਾ ਮੇਰੀ ਤੂੰ ਵੀ ਸੁਣਾ ਦਿੰਦੇ ਹਾਂ ਕਾਹਦੀ ਗੱਲ ਆ ਕਿੰਨਾ ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ ਚੀਜੀ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ ਕਿੰਨਾ ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ ਚੀਜੀ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ ਚੀਜੀ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ ਜਦੋਂ ਜਾਂਦੇ ਸੀ ਸਕੂਲ ਮੰਮੀ ਰੋਟੀ ਤੋੜਦੀ ਕਦੇ ਬੈਂਗਣ ਜਾਂ ਭਿੰਡੀ ਪਾ ਕੇ ਦਿਲ ਤੋੜਦੀ ਜਦੋਂ ਜਾਂਦੇ ਸੀ ਸਕੂਲ ਮੰਮੀ ਰੋਟੀ ਤੋੜਦੀ ਕਦੇ ਬੈਂਗਣ ਜਾਂ ਭਿੰਡੀ ਪਾ ਕੇ ਦਿਲ ਤੋੜਦੀ ਜਦੋਂ ਚੂਰੀ ਆ ਫੇ ਮੈਗੀ ਪਾਉਂਦੀ ਬਣ ਜਾਂਦਾ ਕੰਮ ਸੀ ਕਿੰਨਾ ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ ਚੀਜੀ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ ਚੀਜੀ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ ਵੱਧ ਸਾਈਕਲ ਦੀ ਮੰਗ ਹੁੰਦੀ ਸੀ ਟੋਏ ਗਨ ਵੇਲੇ ਜ਼ਿੰਦਗੀ ਦਬੰਗ ਹੁੰਦੀ ਸੀ ਵੱਧੋ ਵੱਧ ਸਾਈਕਲ ਦੀ ਮੰਗ ਹੁੰਦੀ ਸੀ ਟੋਏ ਗਨ ਵੇਲੇ ਜ਼ਿੰਦਗੀ ਦਬੰਗ ਹੁੰਦੀ ਸੀ ਰੁਕ ਜਿੱਦ ਨੂੰ ਪਗਾਉਣ ਵਾਲਾ ਆਉਂਦਾ ਹੁੰਦਾ ਢੰਗ ਸੀ ਕਿੰਨਾ ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ ਚੀਜੀ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ ਚੀਜੀ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ ਸ਼ਕਲਾਂ ਦਾ ਫਿਕਰ ਨਾ ਲੀੜੇ ਪਾਉਣ ਦਾ ਨਾ ਮੁੰਡੇ ਕੁੜੀਆਂ ਦਾ ਪਤਾ ਨਾ ਹੀ ਦਿਲ ਲਾਉਣ ਦਾ ਨਾ ਸੀ ਸ਼ਕਲਾਂ ਦਾ ਫਿਕਰ ਨਾ ਲੀੜੇ ਪਾਉਣ ਦਾ ਨਾ ਮੁੰਡੇ ਕੁੜੀਆਂ ਦਾ ਪਤਾ ਨਾ ਹੀ ਦਿਲ ਲਾਉਣ ਦਾ ਜਿੰਦ ਮਾਪਿਆਂ ਤੋਂ ਸ਼ੁਰੂ ਹੋ ਕੇ ਉਹਨਾਂ ਤੇ ਖਤਮ ਸੀ ਕਿੰਨਾ ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ ਚੀਜੀ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ ਚੀਜੀ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ ਚਾਹੇ ਤੋਤਲੀ ਜ਼ੁਬਾਨ ਸੀ ਉਹ ਮਿੱਠਾ ਬੋਲਦੀ ਹੁਣ ਵਾਂਗਰਾਂ ਨਾਲ ਗਾਲਾਂ ਕੱਢ ਵਿਸ਼ ਘੋਲਦੀ ਚਾਹੇ ਤੋਤਲੀ ਜ਼ੁਬਾਨ ਸੀ ਉਹ ਮਿੱਠਾ ਬੋਲਦੀ ਹੁਣ ਵਾਂਗਰਾਂ ਨਾਲ ਗਾਲਾਂ ਕੱਢ ਵਿਸ਼ ਘੋਲਦੀ ਹੁਣ ਫਿਕਰਾਂ ਨਾ ਘਿਰੇ ਉਦੋਂ ਕੋਈ ਵੀ ਨਾ ਗਮ ਸੀ ਕਿੰਨਾ ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ ਚੀਜੀ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ ਚੰਗਾ ਸੀ ਉਹ ਵੇਲਾ ਜਦੋਂ ਪਾਣੀ ਹੁੰਦਾ ਮੰਮ ਸੀ ਚੀਜੀ ਕੋਈ ਦਿੰਦਾ ਝੱਟ ਕਰ ਦਿੰਦੇ ਖੰਮ ਸੀ